ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਫਿਰ ਜੁੜੇ ਹਾਂ ਸਰਦਾਰ ਮਨਜੀਤ ਸਿੰਘ ਜੀ ਜੀਕੇ ਜੀ ਨਾਲ, ਅਤੇ ਸਾਡਾ ਅੱਜ ਦਾ ਜੋ ਸੰਗਤ ਦਾ ਸਵਾਲ ਹੈ ਵੀਰ ਜੀ, ਉਹ ਇਹ ਹੈ ਕਿ ਪੰਜਾਬੀ ਸਾਡੀ ਮਾਂ ਬੋਲੀ ਹੈ, ਅਤੇ ਸਾਡੀ ਮਾਂ ਬੋਲੀ ਨੂੰ ਪ੍ਰਮੋਟ ਕਰਨ ਲਈ ਆਪ ਜੀ ਕੀ ਕਰ ਰਹੇ ਹੋ, ਜਾਂ ਆਪ ਜੀ ਨੇ ਕੀ ਹਾਲੇ ਤੱਕ ਕੀਤਾ ਹੈ ਜੀ? ਬੱਚੇ ਤੋਂ ਬੜਾ ਅਹਿਮ ਸਵਾਲ ਪੁੱਛਿਆ, ਔਰ ਇਹਦੀ ਹਿਸਟਰੀ ਮੈਂ ਤੁਹਾਨੂੰ ਦੱਸਣਾ ਚਾਹਾਂਗਾ। ਪਾਰਟੀਸ਼ਨ ਦੇ ਵਕਤ 1947 ਤੋਂ ਪਹਿਲੇ ਦਿੱਲੀ ਦੇ ਵਿੱਚ ਉਰਦੂ ਜ਼ਬਾਨ ਬਹੁਤ ਮਕਬੂਲ ਸੀਗੀ। ਉਰਦੂ ਬੋਲਣ ਵਾਲੇ ਹਿੰਦੀ ਬੋਲਣ ਵਾਲੇ ਜ਼ਿਆਦਾ ਸੀਗੇ, ਇਸ ਲਈ ਹਿੰਦੀ ਨੈਸ਼ਨਲ ਲੈਂਗੁਏਜ ਹੈ, ਇਹ ਫਸਟ ਲੈਂਗੁਏਜ ਬਣੀ। ਲੇਕਿਨ 47 ਤੋਂ ਬਾਅਦ, ਪਾਰਟੀਸ਼ਨ ਤੋਂ ਬਾਅਦ, ਜਿੰਨਾ ਰਿਫਿਊਜੀ ਇੰਡੀਆ 'ਚ ਆਇਆ ਉਹਦੇ 'ਚ ਬਹੁਤ ਵੱਡੀ ਗਿਣਤੀ ਦਿੱਲੀ 'ਚ ਆਈ, ਔਰ ਦਿੱਲੀ 'ਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ 60-65% ਹੋ ਗਈ। 1964 ਨੋਟ ਕਰ ਲੈਣਾ, 1964 'ਚ ਪਹਿਲੀ ਦਫ਼ਾ ਪੰਜਾਬੀ ਸੈਕਿੰਡ ਲੈਂਗੁਏਜ ਸਟੇਟਸ ਵਾਸਤੇ ਮੇਰੇ ਪਿਤਾ ਜਥੇਦਾਰ ਸੰਤੋਖ ਸਿੰਘ ਜੀ ਨੇ ਲੜਾਈ ਸ਼ੁਰੂ ਕੀਤੀ ਸੀਗੀ। ਇਹ ਲੜਾਈ ਚੱਲਦੀ ਰਹੀ ਹੌਲੀ ਹੌਲੀ ਕਰਕੇ। ਦਿੱਲੀ 'ਚ 1972-73 'ਚ ਸੜਕਾਂ ਦੇ ਉੱਤੇ ਜਿੱਥੇ ਤੁਸੀਂ ਉਰਦੂ, ਹਿੰਦੀ ਅਤੇ ਇੰਗਲਿਸ਼ 'ਚ ਨਾਂ ਲਿਖੇ ਦੇਖਦੇ ਸੀ, ਪੰਜਾਬੀ 'ਚ ਲਿਖਣੇ ਸ਼ੁਰੂ ਹੋਏ। ਇਹ ਵੀ ਐਫਰਟਸ ਜਥੇਦਾਰ ਜੀ ਨੇ ਕੀਤੀ। 1980 'ਚ ਪਹਿਲੀ ਦਫ਼ਾ ਪੰਜਾਬੀ ਅਕੈਡਮੀ ਦਾ ਗਠਨ ਹੋਇਆ, ਜਿਹਦੇ ਲਈ 1 ਕਰੋੜ ਰੁਪਏ ਦਾ ਬਜਟ ਦਿੱਲੀ ਦੀ ਸਰਕਾਰ ਨੇ ਰੱਖਿਆ ਕਿ ਪੰਜਾਬੀ ਡਿਵੈਲਪਮੈਂਟ ਹੋਣੀ ਚਾਹੀਦੀ ਹੈ। ਇਹ ਲੜਾਈ ਜਿਹੜੀ ਜਥੇਦਾਰ ਜੀ ਨੇ ਸ਼ੁਰੂ ਕੀਤੀ ਸੀਗੀ, ਉਹ ਲੜਾਈ ਨੂੰ 2003 ਦੇ ਵਿੱਚ, ਉਹਨਾਂ ਦੀ ਡੈਥ 1981 'ਚ ਹੋ ਗਈ ਸੀ, 2003 ਦੇ ਵਿੱਚ ਸਾਡੀ ਇੰਟਰਨੈਸ਼ਨਲ ਕੌਂਸਲ ਆਫ ਪੰਜਾਬੀ, ਸਾਡੀ ਇੱਕ ਸੰਸਥਾ ਸੀਗੀ, ਉਹਦੇ ਨਾਲ ਹੋਰ ਕਈ ਹਿੰਦੂ ਔਰਗਨਾਈਜੇਸ਼ਨ ਮਿਲੀਆਂ। ਕਿਉਂ ਮੈਂ ਹਿੰਦੂ ਔਰਗਨਾਈਜੇਸ਼ਨ ਦਾ ਨਾਂ ਲੈ ਰਿਹਾ? ਇਹ ਭੁਲੇਖ ਹੈ ਕਿ ਪੰਜਾਬੀ ਸਿਰਫ ਸਿੱਖਾਂ ਦੀ ਜ਼ੁਬਾਨ ਹੈ, ਮੁਸਲਮਾਨ ਬਹੁਤ ਵੱਡੀ ਗਿਣਤੀ 'ਚ ਪੰਜਾਬੀ ਬੋਲਦੇ ਨੇ, ਹਿੰਦੂ ਔਰ ਕ੍ਰਿਸਚਨਸ ਬੋਲਦੇ ਨੇ, ਪੰਜਾਬੀ ਪੰਜਾਬ ਦੀ ਜ਼ੁਬਾਨ ਹੈ, ਔਰ ਉਸ ਨਾਲ ਧੱਕਾ ਹੋ ਰਿਹਾ ਸੀਗਾ। ਅਸੀਂ ਜਦੋਂ 2003 'ਚ ਮੁਹਿੰਮ ਸ਼ੁਰੂ ਕੀਤੀ, ਸੈਂਟਰ ਦੇ ਵਿੱਚ ਵਾਜਪਾਈ ਜੀ ਦੀ ਸਰਕਾਰ ਸੀ ਔਰ ਸਟੇਟ 'ਚ ਸ਼ੀਲਾ ਦੀਕਸ਼ਿਤ ਦੀ ਸਰਕਾਰ ਸੀ, ਦੋਵਾਂ ਸਰਕਾਰਾਂ ਨੂੰ ਮਜਬੂਰ ਕਰ ਦਿੱਤਾ। ਮਈ 2003 ਦੇ ਵਿੱਚ ਅਸੀਂ ਪੰਜਾਬੀ ਨੂੰ ਸੈਕਿੰਡ ਲੈਂਗੁਏਜ ਸਟੇਟਸ ਦਿਵਾਉਣ 'ਚ ਕਾਮਯਾਬ ਹੋਏ, ਜਿਹੜੀ ਲੜਾਈ 1964 'ਚ ਸ਼ੁਰੂ ਹੋਈ ਸੀਗੀ। ਅਗਲੀ ਗੱਲ, ਜਦੋਂ ਪੰਜਾਬੀ ਦੀ ਲੜਾਈ ਪਾਸ ਹੋ ਗਈ, ਹੁਣ ਹੋਏਗਾ ਕੀ? ਟਰਾਂਸਲੇਟਰ ਰੱਖਣੇ ਪੈਣਗੇ, ਸਕੂਲਾਂ 'ਚ ਟੀਚਰ ਰੱਖਣੇ ਪੈਣਗੇ, ਹੋਰ ਕਈ ਨੌਕਰੀਆਂ ਪੰਜਾਬੀ ਡਿਪਾਰਟਮੈਂਟ ਦੀਆਂ ਦਿੱਲੀ 'ਚ ਨਿਕਲਣਗੀਆਂ। ਸਾਨੂੰ ਸਟੇਟਸ ਤਾਂ ਮਿਲ ਗਿਆ, ਲੇਕਿਨ ਸਾਨੂੰ ਬਣਦਾ ਮਾਣ ਨਹੀਂ ਮਿਲਿਆ ਅੱਜ ਤੱਕ। ਉਹਦੀ ਲੜਾਈ ਜਾਰੀ ਹੈ, ਅੱਜ ਸਾਡੀ ਲੜਾਈ ਚੱਲ ਰਹੀ ਹੈ ਕਿ ਜਿਹੜਾ ਸੈਕਿੰਡ ਲੈਂਗੁਏਜ ਸਟੇਟਸ ਸਾਨੂੰ ਮਿਲਿਆ, ਉਹ ਸਟੇਟਸ ਇੰਪਲੀਮੈਂਟ ਹੋਣਾ ਚਾਹੀਦਾ। ਇੰਪਲੀਮੈਂਟੇਸ਼ਨ ਦੀ ਲੜਾਈ ਚੱਲ ਰਹੀ ਹੈ। ਪੰਜਾਬੀ ਵਾਸਤੇ ਜੋ ਕੁਛ ਤੁਹਾਨੂੰ ਇਤਿਹਾਸ ਹੈ, ਮੈਂ ਬਰੀਫ ਤੁਹਾਡੇ ਸਾਹਮਣੇ ਲਿਆਉਂਦਾ। ਬਹੁਤ ਬਹੁਤ ਧੰਨਵਾਦ ਵੀਰ ਜੀ ਆਪ ਜੀ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।